ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇਸ ਵੇਲੇ ਦੀ ਖਬਰ ਵੱਡੀ ਆ ਰਹੀ ਹੈ, ਜੋ ਕਿ ਜ਼ੀਰਾ ਮੋਰਚਾ ਜੋ ਕਿ ਲੱਗਿਆ ਜਾ ਰਿਹਾ ਸੀ ਫਿਰੋਜ਼ਪੁਰ, ਜੋ ਕਿ ਸ਼ਰਾਬ ਫੈਕਟਰੀ ਬੰਦ ਕਰਵਾਉਣ ਦੇ ਵਾਸਤੇ, ਤਾਂ ਉਸ ਦੇ ਉੱਤੇ ਮੁੱਖ ਮੰਤਰੀ ਪੰਜਾਬ ਨੇ ਦਿਸ਼ਾ ਨਿਰਦੇਸ਼ ਜਿਹੜੇ ਸਖ਼ਤ ਜਾਰੀ ਕੀਤੇ ਗਏ ਨੇ ਕਿ ਫੈਕਟਰੀ ਬੰਦ ਕੀਤੀ ਜਾਵੇ, ਆਦੇਸ਼ ਦੇ ਦਿੱਤੇ ਗਏ ਨੇ। ਤਾਂ ਕੁਝ ਕੁ ਸਮੇਂ ਤੱਕ ਜਿਹੜੀ ਹੈ ਇਹ ਵੀ ਖਬਰ, ਜੋ ਕਿ ਮੁੱਖ ਮੰਤਰੀ ਪੰਜਾਬ ਨੇ ਕਹਿ ਦਿੱਤਾ ਆਪਣੇ ਪੇਜ ਤੋਂ, ਇਹ ਜਿਹੜੇ ਸੋਸ਼ਲ ਮੀਡੀਆ ਤੋਂ ਖਬਰ ਸਾਂਝੀ ਕੀਤੀ ਹੈ, ਇਸ ਵੇਲੇ ਦੀ ਵੱਡੀ ਖਬਰ ਹੈ, ਜੋ ਕਿ ਮੋਰਚਾ ਇੱਕ ਫਤਿਹ ਹੋਇਆ, ਜੋ ਕਾਫੀ ਸਮੇਂ ਤੋਂ ਜੋ ਉੱਥੇ ਬੈਠੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਖਰਾਬ ਗੰਦਾ ਪਾਣੀ ਪੀ ਰਹੇ ਸੀ, ਤਾਂ ਉਹ ਮੋਰਚਾ ਫਤਿਹ ਹੋਇਆ। ਅਤੇ ਇਸ ਦੇ ਵਿੱਚ ਜੋ ਸੰਗਤ ਹੈ ਉੱਥੇ ਖੁਸ਼ੀ ਮਨਾ ਰਹੀ ਹੈ ਕਿ ਬਹੁਤ ਵਧੀਆ ਗੱਲ ਹੈ। ਪਰ ਹਜੇ ਜੋ ਕਿ ਮੁੱਖ ਮੰਤਰੀ ਪੰਜਾਬ ਨੇ ਕਹਿਤਾ ਹੈ, ਇਹ ਜੋ ਇਸ ਦੇ ਵਿੱਚ ਕਦੋਂ ਕਾਰਵਾਈ ਹੋਏਗੀ, ਕਦੋਂ ਫੈਕਟਰੀ ਨੂੰ ਬੰਦ ਕੀਤਾ ਜਾਏਗਾ, ਇਹ ਵੀ ਹਜੇ ਦੇਖਣਾ ਹੈਗਾ। ਕੁਝ ਕੁ ਸਮੇਂ ਤੱਕ ਜਿਹੜੀਆਂ ਨੇ ਸਾਰੀਆਂ ਤਿਆਰੀਆਂ ਹੋ ਜਾਣੀਆਂ ਨੇ, ਕੁਝ ਕੁ ਦਿਨਾਂ ਦੇ ਵਿੱਚ ਫੈਕਟਰੀ ਬਿਲਕੁਲ ਬੰਦ ਹੋ ਜਾਏਗੀ। ਮੁੱਖ ਮੰਤਰੀ ਪੰਜਾਬ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਜਿਹਾ ਨਹੀਂ ਹੋਏਗਾ, ਜੋ ਲੋਕਾਂ ਦੇ ਨਾਲ ਧੱਕਾ ਹੋਏਗਾ, ਲੋਕਾਂ ਨੂੰ ਜੋ ਮਾਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਨੂੰ ਕਾਨੂੰਨ ਦੇ ਤੌਰ ਤੇ ਸਜ਼ਾ ਦਿੱਤੀ ਜਾਏਗੀ। ਅਗਰ ਜੇ ਗੱਲ ਕੀਤੀ ਜਾਵੇ, ਇਸ ਫੈਕਟਰੀ ਦਾ ਕੇਸ ਵੀ ਚੱਲ ਰਿਹਾ ਸੀ, ਪੰਜਾਬ ਸਰਕਾਰ ਨੂੰ ਜਿਹੜਾ ਜੁਰਮਾਨਾ ਵੀ ਕਾਫੀ ਲਵਾਇਆ ਗਿਆ ਸੀ, ਤਕਰੀਬਨ 20 ਕਰੋੜ ਦੇ ਨੇੜੇ ਜੁਰਮਾਨਾ ਲੱਗਿਆ ਸੀ। ਤਾਂ ਇਸ ਦੇ ਵਿੱਚ ਜੋ ਸੁਪਰੀਮ ਕੋਰਟ ਦੇ ਨਿਰਦੇਸ਼ ਸੀ, ਤਾਂ ਉਹਨਾਂ ਤੋਂ ਜਾ ਕੇ ਚੱਲਦੇ ਹੋਏ, ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਆਪ ਕਹਿ ਦਿੱਤਾ ਸੀ, ਜਿਹੜੇ ਫੈਕਟਰੀ ਦੇ ਨੇੜੇ ਤੇੜੇ ਰਹਿੰਦੇ ਸੀ ਲੋਕ, ਉਹ ਇੱਥੇ ਮੀਟਿੰਗ ਕਰਨ ਆਏ ਸੀ, ਕੁਲਦੀਪ ਸਿੰਘ ਜੋ ਧਾਲੀਵਾਲ ਨੇ, ਤਾਂ ਉਹਨਾਂ ਦੇ ਨਾਲ ਜੋ ਮਿਨਿਸਟਰ ਦੇ ਨਾਲ ਗੱਲਬਾਤ ਹੋਈ ਸੀ, ਉਹਨਾਂ ਨੇ ਕਿਹਾ ਵੀ ਸੀ ਅਗਰ ਜੇ ਵਾਕਈ ਫੈਕਟਰੀ ਦੇ ਵਿੱਚ ਕੁਝ ਹੋਇਆ, ਕੁਝ ਗਲਤ ਹੋਇਆ, ਅਸੀਂ ਆਪ ਖੁਦ ਬੰਦ ਕਰਾਂਗੇ। ਪਰ ਲੋਕ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਸੀ, ਪਰ ਇਸ ਦੇ ਵਿੱਚ ਜੋ ਸੁਪਰੀਮ ਕੋਰਟ ਦੇ ਨਿਰਦੇਸ਼ ਸੀ ਕਿ ਜੋ ਕਰਜ਼ਾ ਜਿਹੜਾ ਇਹਨਾਂ ਨੁਕਸਾਨ ਹੋਇਆ ਭਰਿਆ ਜਾਵੇ, ਜੋ ਸ਼ਰਾਬ ਫੈਕਟਰੀ ਸੀ ਉਹਨੂੰ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਵੇਲੇ ਦੀ ਵੱਡੀ ਖਬਰ ਹੈ, ਇੱਕ ਮੋਰਚਾ ਫਤਿਹ ਹੋਇਆ, ਤਾਂ ਹੁਣ ਜੋ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਥੇ ਇਹ ਵੱਡਾ ਮੋਰਚਾ ਲੱਗਿਆ ਹੋਇਆ, ਜੋ ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਲਈ ਵੱਡਾ ਮੋਰਚਾ ਲੱਗਿਆ। ਇਹ ਮੋਰਚਾ ਕਦੋਂ ਫਤਿਹ ਹੋਏਗਾ, ਇਸ ਦੇ ਬਾਰੇ ਵੀ ਜੋ ਸਰਕਾਰ ਕਿੰਨੀ ਕੁ ਸਖ਼ਤ ਹੋਏਗੀ ਉਹ ਵੀ ਦੇਖਣਾ ਹੈਗਾ, ਕਿਉਂਕਿ ਇੱਕ ਚੰਗਾ ਫੈਸਲਾ, ਚੰਗੇ ਫੈਸਲੇ ਹਰ ਕੋਈ ਸ਼ਲਾਘਾ ਕਰਦਾ। ਤਾਂ ਇੱਥੇ ਸਾਰੇ ਇਹ ਕਿਸਾਨ ਯੂਨੀਅਨ ਵਾਲੇ ਵੀ ਪਹੁੰਚੇ ਹੋਏ ਨੇ। ਤਾਂ ਭਾਅ ਜੀ, ਕਿਹੜੀ ਕਿਸਾਨ ਯੂਨੀਅਨ ਤੋਂ ਤੁਸੀਂ? ਹਾਂਜੀ, ਕਿਸਾਨ ਸਿੱਧੂਪੁਰ ਜੀ, ਸਿੱਧੂਪੁਰ ਤੋਂ। ਹਾਂਜੀ, ਮੁੱਖ ਮੰਤਰੀ ਪੰਜਾਬ ਦਾ ਇੱਕ ਹੁਣੇ ਫੈਸਲਾ ਆਇਆ ਕਿ ਜਿਹੜੀ ਜ਼ੀਰਾ ਫੈਕਟਰੀ ਆ, ਲਗਾਤਾਰ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਸੀ, ਜ਼ਹਿਰੀਲਾ ਹੋ ਰਿਹਾ ਸੀ। ਹਾਂਜੀ, ਤਾਂ ਆਦੇਸ਼ ਦੇ ਦਿੱਤੇ ਨੇ ਕਿ ਫੈਕਟਰੀ ਬੰਦ ਹੋਵੇ, ਕਿਵੇਂ ਦੇਖਦੇ ਹੋ? ਬਹੁਤ ਵਧੀਆ ਫੈਸਲਾ ਲਿਆ ਜੀ। ਕਿਵੇਂ ਕੀ ਦੇਖਦੇ ਹੋ ਇਸ ਦੇ ਵਿੱਚ ਜੋ ਮੁੱਖ ਮੰਤਰੀ ਨੇ, ਕਿਉਂਕਿ ਕਿਹਾ ਵੀ ਸੀ ਕਿ ਜੇ ਸ਼ਰਾਬ ਫੈਕਟਰੀ ਬਾਕੀ ਗਲਤ ਹੋਈ ਇੱਥੇ, ਬਾਕੀ ਪਾਣੀ ਖਰਾਬ ਹੋ ਰਿਹਾ, ਪਰ ਅਸੀਂ ਸਖ਼ਤ ਐਕਸ਼ਨ ਲਵਾਂਗੇ, ਕਿਵੇਂ ਦੇਖਦੇ ਹੋ? ਐਕਸ਼ਨ ਝੂਠ ਤਾਂ ਨਹੀਂ ਬੋਲ ਰਹੇ ਕਿਤੇ? ਨਹੀਂ ਨਹੀਂ, ਮੁੱਖ ਮੰਤਰੀ ਪੰਜਾਬ ਨੇ ਹੁਣੀ ਇਹ ਫੈਸਲਾ, ਮੁੱਖ ਮੰਤਰੀ ਨੇ ਤਾਂ ਕਹਿ ਦਿਆ ਤੁਸੀਂ ਵੀ ਆਪਣੇ ਕੋਲੋਂ ਜਿਹੜਾ ਤੁਸੀਂ ਅੱਗੇ ਤੱਕ, ਨਹੀਂ ਨਹੀਂ ਇਹ ਫੈਸਲਾ ਹੁਣੀ ਅਫੀਸ਼ਲੀ ਉਹਨਾਂ ਨੇ, ਬਹੁਤ ਵਧੀਆ ਸ਼ਲਾਘਾਯੋਗ ਫੈਸਲਾ ਜੀ। ਕਿਸਾਨ ਇੰਨੀ ਠੰਡ ਦੇ ਵਿੱਚ 5.5 ਮਹੀਨੇ ਹੋ ਗਏ ਬੈਠੇ ਸੀ ਉੱਥੇ, ਕਿਸਾਨ ਵੀ ਆਪਣੇ ਖੇਤਾਂ 'ਚ ਕੰਮ ਕਰਦੇ ਹੋਣਗੇ, ਖੇਤਾਂ 'ਚ ਕੀ ਇਹ ਸਾਡਾ ਇਹ ਮਸਲਾ ਜਿਹੜਾ ਹੁਣ ਇਹ ਵੀ ਬਸ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਸ ਮਸਲੇ 'ਤੇ ਵੀ ਗੌਰ ਕਰਕੇ ਬੰਦੀ ਸਿੰਘ ਹੈ ਜਿਹੜੇ ਇਹਨਾਂ ਨੂੰ ਰਿਹਾ ਕਰਾਓ, ਇਸ ਕਰਕੇ ਇਹਦਾ ਵੀ ਸਿਹਰਾ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਾਊਗਾ। ਫਿਰ ਇਸ ਦੇ ਵੱਲ ਕਿਵੇਂ ਦੇਖਦੇ ਹੋ? ਜਿਵੇਂ ਇਹੀ ਗੱਲ ਮੈਂ ਆਪਣੇ ਇਸ ਦੇ ਵਿੱਚ ਕਹਿ ਰਿਹਾ ਸੀ ਕਿ ਉਹ ਮੋਰਚਾ ਕਾਫੀ ਸਮੇਂ ਤੋਂ ਲੱਗਿਆ ਹੋਇਆ ਸੀ, ਤਕਰੀਬਨ 7-8 ਮਹੀਨੇ ਬੀਤ ਚੁੱਕੇ ਨੇ, ਤਾਂ ਹੁਣ ਜਾ ਕੇ ਇਹ ਫੈਸਲਾ ਸੁਣਾਉਣਾ ਪਿਆ ਸਰਕਾਰ ਨੂੰ, ਕਿਉਂਕਿ ਇਹ ਸਰਕਾਰ ਨੂੰ ਕਰੋੜਾਂ ਦਾ ਜਿਹੜਾ ਇੱਕ ਜੁਰਮਾਨਾ ਲੱਗਿਆ ਸੀ। ਤਾਂ ਕਿਵੇਂ ਦੇਖਦੇ ਹੋ ਇੱਥੇ ਚੰਡੀਗੜ੍ਹ ਦੇ ਵਿੱਚ ਸੰਗਤ ਬੈਠੀ ਹੋਈ ਹੈ, ਫਿਰ ਇਹ ਮੋਰਚਾ ਕਿਵੇਂ ਫਤਿਹ ਕਰਾਊਗੀ ਸਰਕਾਰ, ਕਿਉਂਕਿ ਮਤੇ ਪਾਸ ਕਰਾਉਣੇ ਪੈਂਦੇ ਆ ਮੈਂਬਰ ਆਫ ਪਾਰਲੀਮੈਂਟ ਸਾਰੇ, ਕਿਵੇਂ ਫਿਰ? ਜਿਵੇਂ ਜ਼ੀਰਾ ਫੈਕਟਰੀ ਦਾ ਸਲਾਘਾ ਆਯੋਗ ਕਦਮ ਚੁੱਕਿਆ ਸਰਕਾਰ ਨੇ, ਭਗਵੰਤ ਮਾਨ ਸਰਕਾਰ ਨੇ ਸਲਾਘਾ ਆਯੋਗ, ਉਵੇਂ ਇਹ ਸਿਹਰਾ ਵੀ ਲੈਣਾ ਚਾਹੀਦਾ ਭਗਵੰਤ ਮਾਨ ਸਰਕਾਰ ਨੂੰ, ਇਹ ਮੋਰਚਾ ਵੀ ਸਾਡਾ ਫਤਿਹ ਕਰਾਉਣਾ ਚਾਹੀਦਾ। ਬਿਵੰਦੀ ਸਿੰਘ ਜਿਹੜੇ 27 ਤੋਂ ਲੈ ਕੇ 35 ਸਾਲ ਹੋ ਗਏ ਗੇੜਾਂ 'ਚ ਬੈਠਿਆਂ ਨੂੰ, ਜਿਨ੍ਹਾਂ ਦੀ ਸਾਰਿਆਂ ਦੀ ਆਪਣੀਆਂ ਜਿਹੜੀਆਂ ਉਹ ਪੂਰੀ ਹੋ ਚੁੱਕੀਆਂ ਜੋ ਸਜਾਵਾਂ ਸੀਗੀਆਂ, ਇਸ ਕਰਕੇ ਇਹ ਫੈਸਲਾ ਵੀ ਸਰਕਾਰ ਨੂੰ ਜਲਦੀ ਤੋਂ ਜਲਦੀ ਲੈਣਾ ਚਾਹੀਦਾ ਜੀ, ਜਲਦੀ ਲੈਣਾ ਚਾਹੀਦਾ, ਜਿਹੜੀ ਆਪਣੀ ਕੌਮ ਹੈ ਜਿਹੜੀ ਇਹ ਮੁੱਛਦਾ ਸਵਾਲ ਹੈ ਸਰਦਾਰਾਂ ਦੀ ਕੌਮ ਦਾ, ਇਹ ਮੋਰਚਾ ਫਤਿਹ ਹੋਣਾ ਚਾਹੀਦਾ ਜੀ। ਸਾਫ ਤੌਰ ਤੇ ਇਹ ਵੀ ਦੇਖਿਆ ਜਾ ਸਕਦਾ, ਜਿਵੇਂ ਇੱਕ ਸੋਚ ਹੋ ਜਾਂਦੀ ਹੈ ਕਿ ਚਲੋ ਜੋ ਸਾਡੇ ਲਈ ਸੋਚੇਗਾ ਸੀ ਉਸ ਲਈ ਵੀ ਸੋਚਣਾ ਸੀ, ਕੌਮ ਅਜਿਹੀ ਹੈ ਕਿ ਸਭ ਦੇ ਲਈ ਖੜਦੀ ਹੈ। ਪਰ ਕੀ ਲੱਗਦਾ ਹੁਣ ਜੇ ਬਾਕੀ ਮੁੱਖ ਮੰਤਰੀ ਪੰਜਾਬ ਨੇ ਇੱਕ ਫੈਸਲਾ ਲਿੱਤਾ ਹੈ, ਜੋ ਜ਼ੀਰਾ ਫੈਕਟਰੀ ਜੋ ਪਾਣੀ ਗੰਦਾ ਕਰਦੀ ਸੀ ਉਹ ਤਾਂ ਬੰਦ ਕਰਵਾ ਰਹੇ ਨੇ, ਜੇ ਇਸ ਮੋਰਚੇ ਬਾਰੇ ਸੋਚਿਆ ਜਾਂਦਾ ਤਾਂ ਫਿਰ ਕੀ ਲੱਗਦਾ ਸੀ ਕੌਮ ਫਿਰ ਲਗਾਤਾਰ ਉਹਨਾਂ ਨਾਲ ਖੜੇਗੀ? ਬਿਲਕੁਲ ਖੜਦਾ ਜੀ, ਖੜਨਾ ਬਣਦਾ ਜੀ, ਭਗਵੰਤ ਮਾਨ ਸਾਹਿਬ ਦਾ ਧੰਨਵਾਦੀ ਹਾਂ ਅਸੀਂ ਜੀ। ਹਾਂਜੀ, ਸਰਕਾਰ ਦੇ ਇਸ ਕਦਮ ਦਾ ਅਸੀਂ ਤੇ ਇਹੀ ਅਪੀਲ ਕਰਦੇ ਆ ਵੀ ਇੱਧਰ ਵੀ ਧਿਆਨ ਦਿਓ, ਜਿਹੜੇ ਮੋਰਚੇ ਲੱਗੇ ਹੋਏ ਆ, ਬਰਗਾੜੀ ਦਾ ਇਨਸਾਫ ਮਿਲੇ, ਬੰਦੀ ਸਿੰਘਾਂ ਦਾ ਇਨਸਾਫ ਮਿਲੇ, ਹਾਂਜੀ 327 ਸਰੂਪ ਇਹ ਗੱਲ ਹੈ ਜੀ, 328 ਸਰੂਪਾਂ ਦਾ ਸਾਨੂੰ ਮਿਲੇ, ਬੇਅਦਬੀ ਦਾ ਸਾਨੂੰ ਇਨਸਾਫ ਮਿਲੇ, ਅਸੀਂ ਬਿਲਕੁਲ ਫੁੱਲ ਚੜਾਵਾਂਗੇ ਜੀ ਜੀ, ਬਹੁਤ ਸ਼ੁਕਰੀਆ। ਤਾਂ ਸਾਫ ਤੌਰ 'ਤੇ ਕਿਸਾਨ ਵੀ ਇਸ ਚੀਜ਼ ਦੇ ਨਾਲ ਸਹਿਮਤ
ने, पर एक गल यही है कि जदों तक इंसाफ गुरु का नहीं मिलता, जदों तक सरूप जिहड़े चोरी होए ने, जिहड़े सिंह बंदी ने, जिहड़े जेलां दे विच ने, उन्होंने रिहा नहीं किया जाता, उदों तक संतुष्ट नहीं होंगे। पर खुशी यह भी है इन्हां वल्लों यह भी जाहिर की जा रही है कि चंगा फैसला है। काफ़ी समय तो उत्थे ठंड दे विच जिहड़े बैठे हुए सी सिंह बैठे हुए सी उत्थे लगातार लड़ रहे सी, तां पंजाब सरकार दा एक खास उपराला कह सकदे आ, चंगे काम की हर वेले शलांघा की जानी चाहिए। तो इत्थे मोर्चे दे विच जिहड़े लोग आ रहे हैं, किसान आ रहे हैं, वो हुण यही मंग करदे ने कि वह मोर्चा फतेह करवाया, इस मोर्चे वाले भी ध्यान दिता जाए, इस मोर्चे नूं जल्दी फतेह कराया जाए, जिहड़े जिन्होंने बेअदबियां करवाईआं सी, जिहड़े दोषी सी उन्हां नूं जेलां दे विच डक्किया जाए, तां किन्ना समा लगेगा, क्योंकि लगातार सरकार दे नाल गलबात चल रही है, लगातार हर एक गल देखी जा रही है, जो समय दे विच क्लीयर हुंदा वह भी तुहाडे नाल सांझा करांगा। तो यह वड्डी खबर है जो मुख्यमंत्री पंजाब का फैसला, जो फैक्ट्री बंद करन दा, क्योंकि जो शराब फैक्ट्री सी उन्हूं बंद करन दा फैसला दिता गया, क्योंकि अगर जो गल की जाए अकाली दल की जिहड़े एक विच रहे हुए एक बंदे दी फैक्ट्री आ उसनूं बंद कराउण दे दिशा निर्देश दे दिते ने, तां कुछ कु दिनां तक असीं गल वी करांगे सब दे नाल कि वाकई अजिहे होए ने, किन्ने कु दिनां दे विच कारवाई हुंदी है, बंद फैक्ट्री हुंदी है, तां इह वी देखणा होएगा।